ਨਰਾਤਿਆਂ ਦੇ ਸ਼ੁਭ ਦਿਨ ਚੱਲ ਰਹੇ ਨੇ ਤੇ ਅਸ਼ਟਮੀ ਵਾਲੇ ਦਿਨ ਲੋਕ ਛੋਟੀਆਂ ਕੰਜਕਾਂ ਨੂੰ ਪੂਜਦੇ ਨੇ, ਪਰ ਸਾਡੇ ਸਮਾਜ 'ਚ ਰਹਿੰਦੇ ਕੁਝ ਲੋਕਾਂ ਦੀ ਜ਼ਮੀਰ ਮਰ ਚੁੱਕੀ ਹੈ। ਮੰਦਭਾਗੀ ਖਬਰ ਬਟਾਲੇ ਤੋਂ ਹੈ, ਜਿੱਥੇ ਇੱਕ ਗੈਸ ਏਜੰਸੀ ਦੇ ਬਾਹਰ ਝਾੜੀਆਂ 'ਚ ਲਿਫਾਫੇ 'ਚ ਨਵਜੰਮੀ ਬੱਚੀ ਨੂੰ ਕੋਈ ਛੱਡ ਕੇ ਚਲਾ ਗਿਆ ਤੇ ਨਿੱਕੀ ਜਾਨ ਉੱਥੇ ਰੋਂਦੀ ਕੁਰਲੋਂਦੀ ਪਈ ਸੀ। ਗੈਸ ਏਜੰਸੀ ਦਾ ਇੱਕ ਕਰਿੰਦਾ ਜਦੋਂ ਚਾਹ ਲੈਣ ਲਈ ਜਾ ਰਿਹਾ ਸੀ ਤਾਂ ਉਸਨੇ ਬੱਚੇ ਦੀ ਰੋਂਦੀ ਆਵਾਜ਼ ਸੁਣੀ ਤੇ ਜਾ ਕੇ ਦੇਖਿਆ ਕਿ ਨਵਜੰਮੀ ਬੱਚੀ ਲਿਫਾਫੇ 'ਚ ਲਿਫਟੀ ਪਈ ਹੈ ਤੇ ਉਸਨੂੰ ਤੁਰੰਤ ਚੱਕ ਕੇ ਹਸਪਤਾਲ 'ਚ ਮੁਢਲੇ ਇਲਾਜ ਲਈ ਲੈ ਕੇ ਗਿਆ ਤੇ ਪੁਲਿਸ ਨੂੰ ਵੀ ਜਾਣਕਾਰੀ ਦਿੱਤੀ। ਇਹ ਸਾਨੂੰ ਬੀਕੋ ਜੋ ਮਿਲੀ ਭਾਅ ਜੀ, ਗੈਸ ਏਜੰਸੀ 'ਚ ਕੰਮ ਕਰਦੇ ਸੀ, ਉੱਥੇ ਅਤੇ ਉੱਥੇ ਪਈ ਸੀ ਲਿਫਾਫੇ ਦੇ ਵਿੱਚ ਸੁੱਟੀ ਕਿਸੇ ਨੇ ਪਾ ਕੇ, ਨਹੀਂ ਸੜਕ 'ਤੇ ਪਈ ਸੀ, ਦੇ ਵਿੱਚ ਪਈ ਸੀ ਬੂਟੀ ਪਾਟੀ ਪਈ, ਚਾਹ ਲੈ ਕੇ ਜਾਣ ਡਿਆ ਮੈਂ ਅਤੇ ਥੋੜ੍ਹਾ ਚੁੱਕੀ ਵਿਚਾਰੀ ਗਈ, ਚੁੱਕ ਲਿਆ ਵਿਚਾਰੀ ਨੂੰ, ਚੁੱਕ ਕੇ ਤਾਂ ਬਹੁਤ ਬੰਦੇ ਇਕੱਠੇ ਹੋਏ ਉੱਥੇ ਏਜੰਸੀ 'ਚ ਲੱਗੇ ਆ, ਤੋ ਉੱਥੇ ਰੱਖਿਆ ਰੁਕਿਆ ਵਾ ਅਤੇ ਹੁਣ ਆਪਾਂ ਇੱਥੇ ਸਿਮਲਾ ਹੋਸਪਿਟਲ ਲੈ ਕੇ ਆਏ ਹਾਂ ਜੀ। ਪੁਲਿਸ ਦਾ ਕਹਿਣਾ ਕਿ ਉਹਨਾਂ ਨੇ ਸਰਕਾਰੀ ਬੱਚਾ ਵਿਭਾਗ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਹੈ ਤੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਮੂਵੀ ਪਾਕੇ ਦੇ ਵਿੱਚ ਪਾ ਕੇ ਤੇ ਉੱਥੇ ਕਿਤੇ ਰੱਖਿਆ ਨਿਵਾਸੀ ਜਗ੍ਹਾ ਦੇ ਉੱਤੇ, ਉਹਦੇ ਬਾਰੇ ਪਤਾ ਲੱਗਿਆ ਸੀ ਉੱਥੋਂ ਜਿਹੜੇ ਪਰਵਾਹ ਗੈਸ ਏਜੰਸੀ ਦਾ ਕੰਮ ਕਰਦਾ ਸੀ ਉਹਨਾਂ ਨੇ ਉਹ ਬੱਚੇ ਨੂੰ ਉੱਥੋਂ ਚੱਕ ਕੇ ਅਤੇ ਉਹਦੀ ਫਿਰ ਜਿਹੜੀ ਵੀ ਜੋ ਵੀ ਮੁੱਢਲੀ ਹੈਗੀ ਕੇਅਰ ਕਰਕੇ ਧਿਆਨ ਦੱਸਿਆ, ਉਹਦੇ ਬਾਰੇ ਆਪਾਂ ਬੱਚੀ ਜਾਣ ਮੌਕਾ ਵੇਖ ਕੇ ਅਤੇ ਬੱਚੀ ਨੂੰ ਆਪਣੇ ਕਬਜ਼ੇ 'ਚ ਲੈ ਕੇ ਅਤੇ ਜਿਹੜੇ ਇੱਕ ਇਹਨਾਂ ਦਾ ਗੁਰਦਾਸਪੁਰ ਹੈਗਾ ਵਾ ਚਿਲਡਰਨ ਕੇਅਰ ਸੈਂਟਰ ਹੁੰਦੇ ਨੇ ਉਹਨਾਂ ਦਾ ਆਪਾਂ ਤਾਲਮੇਲ ਕੀਤਾ ਰਹੇ, ਹਰਪ੍ਰੀਤ ਕੌਰ ਜੀ ਨੇ ਉਹਨਾਂ ਨਾਲ, ਹਰਪ੍ਰੀਤ ਕੌਰ ਜੀ ਉਹਨਾਂ ਨੇ ਸਾਨੂੰ ਦੱਸਿਆ ਕਿ ਇਸ ਬੱਚੀ ਨੂੰ ਜਿਹੜਾ ਵਾ ਆਪਣੇ ਸਿਵਲ ਬਟਾਲਾ ਦੇ ਵਿੱਚ ਜਿਹੜਾ ਇਹਨੂੰ ਜਿਹੜਾ ਚਿਲਡਰਨ ਵਾਰਡ ਉਹਦੇ ਵਿੱਚ ਸਫਰ ਕਰਾਓ ਅਤੇ ਇਹਨਾਂ ਨੂੰ ਆਪਾਂ ਇਸ ਸੰਬੰਧੀ ਆਪਾਂ ਜਿਹੜਾ ਵਾ DDR ਆਪਾਂ ਤਰਜੀਹ ਕੀਤੀ ਆ। ਜੇਕਰ ਮਾਪੇ ਬੱਚੇ ਸੰਭਾਲ ਨਹੀਂ ਸਕਦੇ ਤਾਂ ਉਹਨਾਂ ਨੂੰ ਜੰਮਣ ਦਾ ਵੀ ਕੋਈ ਹੱਕ ਨਹੀਂ, ਅਜਿਹੇ ਬੰਦੇ ਸਾਡੇ ਸਮਾਜ ਲਈ ਵੱਡੀ ਲਾਹਨਤ ਨੇ। ਬਟਾਲਾ ਤੋਂ ਗੁਰਪ੍ਰੀਤ ਚਾਵਲਾ ਦੀ ਰਿਪੋਰਟ, ਜਗਬਾਣੀ TV।